के साडा भी जी कर दे अमड़िए नी बजन बा है समरीत जग तैयार हो तू कह तो नहीं है कन में ला लेना है ना झाड़ू आ थोड़ा रहंदा है मैं मम्मा कर लवा धूप ही बड़ी चढ़ गई है आज तो धूप इतना है कि जिदा 12 बजे आंदे है आहो बड़ी गर्मी लगन दी दिन चढ़ दें सूरज नग लगी आ चल मेरी धी जाके तैयार हो चल फट बाल्टी ले जा ते मैं झाड़ू ला के आ गई साडा जी कर दे गाइए वीरे दिया कोड़ियां ए चंद्रा जग कौन दिंदा नहीं पुत्तां तों पहला तियां ताइयों ने पुत क्यों रोण डिया मां तू मैं नहीं स्कूल जाना पुत क्यों नहीं जाना स्कूल ले तू मैं स्कूल का काम नहीं कीता चल पुत जो मंगेगा मैं तेनू ओ ही दऊंगी हैं उठ मेरा पुत दादी मनु 200 रुपया दे मैं स्कूल पार्टी करनी है चल पुत 200 दा तू 500 ले जा तू खुश चाहिदा मनु हसदा दिखना चाहिदा चंगा रोया ना कर मेरा सोना जा पुत ठीक चल उठ फिर मम जी हद हो गई है ढाडे वाली तू तो रोज दा बगाड़ी जान दे एनु तेनू कहनी आखे विच आउंदी भज्जी आई एनु मम जी तू मेरी नहीं सुननी मैं दे पापा नहीं दस दी हां समरीत दे पापा हां दस की गल आयो इधर आ वे लो रोज पैसे मांगदा आ दादी ओनु देख दे तोड़ दंदे आ हुन आज ओ 200 रुपया मंगण डया ते मम्मी कहंदे 500 रुपया दे दिनी है 200 रुपया नणा दा हैगा जे हाडे वारी ते पैसे नहीं हुंदे मम्मी नु ओनु बस देई जांदे आ ते की कहंदे पैसे लो पार्टी करनी है पार्टी लूं मलाजी जी पहले पढ़ लो बना नी नु मम्मी आज कम है 500 रुपया देकर बुला ना निकी जी तुम्हारे जी ऐ मैं आवा बोली जाना तेरे कहने बुलाया बच्चे दोवे जी है बोलन डे पे जी तो आके मम्मी ने इंतजार कर ना सारे तंग होने का दे कोई नहीं तंग होता ये देखी जगराज सिंह जुगा ते राज करना है ने केनु तंग नहीं करता जिद्दा ते काम है ना इने फिर होरी बहाना तू ही बिगाड़ी जा रहे तू ओए गल सुनो चल चलिए माता याद रखी तू पछताना जाके सिखा लेने समरीत इधर आके मेरी गल सुन आ गई दादी दादी नु पता नहीं मेरे नाल की काम पै गया जे कई काम करने वाले है ਚੜਾਉਣਾ ਵਾ ਹਾਂਜੀ ਦਾਦੀ ਇਹਦਾ ਸਕੂਲ ਦਾ ਕੰਮ ਕਰਕੇ ਦੇ ਦਾਦੀ ਮੈਂ ਤਾਂ ਆਪ ਕੱਪੜੇ ਜੋੜਨ ਦੀ ਮੇਰਾ ਆਪਣਾ ਸਕੂਲ ਦਾ ਕੰਮ ਕਿੰਨਾ ਕਰਨ ਵਾਲਾ ਪਿਆ ਵਾ ਕੱਪੜਿਆਂ ਨੂੰ ਰਹਿਣ ਦੇ ਜਿੱਥੇ ਹੈਗੇ ਆਪਾਂ ਤੇਰੀ ਮਾਂ ਕਰੂਗੀ ਤੇ ਉਹ ਪਿਆਈ ਬੈਗ ਤੂੰ ਜਾ ਕੇ ਪੂਰੀਆਂ ਬੁੱਕਾਂ ਲਿਖ ਕੇ ਦੇ ਉਹਦੀਆਂ ਮੁੰਡੇ ਦੀਆਂ ਦਾਦੀ ਇਹ ਰੋਜ਼ ਪਖੰਡ ਕਰਦਾ ਰਹਿੰਦਾ ਰੋਜ਼ ਹੀ ਨਹੀਂ ਆਪਣਾ ਕੰਮ ਕਰਦਾ ਰੋਜ਼ ਮੈਨੂੰ ਕਹਿ ਦਿੰਦਾ ਆਪਣਾ ਕੰਮ ਕਰ ਤੈਨੂੰ ਮੈਂ ਆਖ ਨਹੀਂ ਜ਼ਿਆਦਾ ਬੋਲਣਾ ਤੇ ਬੁੱਕਾਂ ਚੁੱਕ ਤੇ ਚੱਲ ਕੰਪਲੀਟ ਕਰਕੇ ਲੈ ਕੇ ਆ ਜ਼ਿਆਦਾ ਬੋਲੀਦਾ ਨਹੀਂ ਹੁੰਦਾ ਚਲੋ ਠੀਕ ਆ ਇਹ ਬਹੁਤਾ ਚੰਬ ਲਿਆ ਫਿਰਦਾ ਬਹੁਤਾ ਭੂਏ ਚੜਦਾ ਦਾਦੀ ਕੋਲ ਰੋਜ਼ ਮੈਨੂੰ ਗਾਲਾਂ ਪਵਾਉਂਦਾ ਰਹਿੰਦਾ ਇਹਨੂੰ ਤਾਂ ਮੈਂ ਦੱਸਦੀ ਇਹਨੂੰ ਗਾਲਾਂ ਪਵਾਉਣੀ ਸਕੂਲੋਂ ਇਹਦਾ ਸਾਰਾ ਕੰਮ ਮੈਂ ਗਲਤ ਕਰਨਾ ਹੈ
ਚੱਲ ਹਾਂ ਬੱਚੋ ਆਪੇ ਤੈਨੂੰ ਗਾਲਾਂ ਪੈਣਗੀਆਂ ਛੁੱਟੀ ਖਾਊਂਗਾ ਸਕੂਲੋਂ ਤੈਨੂੰ ਪਤਾ ਲੱਗੂਗਾ ਕਿੱਦਾਂ ਕੰਮ ਕਰੀਦਾ ਤੇ ਅੱਜ ਨੀਂਦ ਨਹੀਂ ਆਉਂਦੀ ਬਾਬਾ ਛੇਤੀ ਛੇਤੀ ਕੱਲ੍ਹ ਦਿਨ ਚੜ੍ਹੇ ਤੈਨੂੰ ਛਿੱਤਰ ਪੈਣ ਅਤੇ ਮੈਨੂੰ ਮਜ਼ਾ ਆਵੇ ਸਮਰੀਤ ਸੌਂ ਜਾ ਕੀ ਕਰੀ ਜਾਂਦੀ ਆ ਸੌਣ ਲੱਗੀ ਬਸ ਹੁਣ ਪਤਾ ਨਹੀਂ ਕਦੋਂ ਆਉਂਦਾ ਬੁੜ ਬੁੜ ਕਰੀ ਜਾਣੀ ਆ ਸੌਂ ਜਾ ਨਾਲੇ ਸੌਣ ਦੇ ਮੈਨੂੰ ਪੰਜ ਵੱਜ ਗਏ ਛੇ ਛੇਤੀ ਰੱਬਾ ਦਿਨ ਚੜ੍ਹੇ ਅਤੇ ਇਹ ਸਕੂਲ ਜਾਵੇ ਤੇ ਇਹਨੂੰ ਪਵੇ ਕੁੱਟ ਹੁਣ ਮੈਂ ਕਿੱਦਾਂ ਵੇਖੂੰਗੀ ਇਹਨੂੰ ਕੁੱਟ ਪੈਂਦੀ ਮੇਰਾ ਤਾਂ ਸਕੂਲ ਹੀ ਹੋਰ ਚੱਲ ਕੋਈ ਨਾ ਪਤਾ ਲੱਗ ਹੀ ਜਾਣਾ ਕੁੱਟ ਪੈਂਦੀ ਤਾਂ ਇਹਨੇ ਦੱਸਣਾ ਹੀ ਆ ਗਿਆ ਦਾਦੀ ਨੂੰ ਮੈਨੂੰ ਕੁੱਟ ਪਈ ਟਾਈਮ ਹੋ ਗਿਆ ਉੱਤੇ ਹੋਣ ਡਿਆ ਟਾਈਮ ਆਇਆ ਨਹੀਂ ਮੇਰਾ ਪੋਤਾ ਕੀ ਹੋਇਆ ਮੇਰੇ ਪੁੱਤ ਨੂੰ ਹੈ ਕੀ ਹੋਇਆ ਮੇਰੇ ਜੋਗ ਨੂੰ ਗਲਤ ਕੀਤਾ ਸੀ ਇਹਦਾ ਮੈਂ ਸਾਹ ਪੀ ਲੈਣਾ ਮੈਂ ਤਾਂ ਮੁੰਡੇ ਦਾ ਨਹੀਂ ਮੈਂ ਗਲਤ ਕਰਦਾ ਨਹੀਂ ਤੂੰ ਤਾਂ ਸਾਫ ਖੰਡ ਮੜਿਆ ਰੋਜ਼ ਦਿਹਾੜੀ ਮੇਰੇ ਘਰ ਕਾਪੀਆਂ ਸੁੱਟ ਦਿੰਦਾ ਮੇਰੇ ਕੋਲ ਹੀ ਰੋਜ਼ ਰੋਜ਼ ਤੇਰਾ ਕੰਮ ਹੁੰਦਾ ਮੈਨੂੰ ਔਂਕਾ ਨਹੀਂ ਲੱਗੀ ਤੇਰੀ ਕੀ ਹੋ ਗਿਆ ਮੁੰਡੇ ਨੂੰ ਕੁੱਟ ਪਵਾ ਕੇ ਆਈ ਸਕੂਲੋਂ ਇਹਨੂੰ ਸ਼ਰਮ ਨਹੀਂ ਆਉਂਦੀ ਛੋਟਾ ਜਿਹਾ ਭਰਾ ਵਾ ਇਹਦਾ ਮੰਮਾ ਰੋਜ਼ ਰੋਜ਼ ਮੇਰੇ ਘਰ ਕਾਪੀਆਂ ਸੁੱਟ ਦਿੰਦਾ ਮੇਰੇ ਔਂਕਾ ਲੱਗੀ ਤੇ ਰੋਜ਼ ਕਹਿੰਦਾ ਕੰਮ ਕਰ ਚਲ ਪੁੱਤ ਇਦਾਂ ਨਹੀਂ ਕਰੀਦਾ ਤੂੰ ਵੀ ਕੁੱਟਿਆ ਨਾ ਵਾ ਭੈਣ ਨੂੰ ਭੈਣਾਂ ਨੂੰ ਨਹੀਂ ਕੁੱਟੀਦਾ ਹੁੰਦਾ ਤੁਸੀਂ ਮਾਵਾਂ ਧੀਆਂ ਬੋਲਣੋ ਹੀ ਨਹੀਂ ਹਾੜਦੀਆਂ ਨਿਗਾਹ ਜੀ ਜਾਣ ਵਾਂ ਵਿਚਾਰੇ ਦੀ ਮੰਮੀ ਉਹਦੀ ਵੀ ਤੇ ਗਲਤੀ ਆ ਉਹ ਆਪਣਾ ਕੰਮ ਕਿਉਂ ਨਹੀਂ ਆਪ ਕਰਦਾ ਜਦੋਂ ਮੈਂ ਕਿੰਨੀ ਵਾਰ ਆਖਿਆ ਮੁੰਡੇ ਨੂੰ ਹੱਥ ਨਹੀਂ ਲੱਗਣਾ ਚਾਹੀਦਾ ਛਿੰਦਾ ਮੁੰਡਾ ਮੇਰਾ ਮੰਮੀ ਜਦੋਂ ਕੰਮ ਨਹੀਂ ਕਰਕੇ ਜਾਣਾ ਮੈਡਮਾਂ ਨੇ ਤਾਂ ਚੈੱਕ ਕਰਨਾ ਹੀ ਆ ਉਹਨਾਂ ਨੇ ਤਾਂ ਆਪਣਾ ਫਰਜ਼ ਪੂਰਾ ਕਰਨਾ ਹੀ ਆ ਵੀ ਨਿਆਣੇ ਨੂੰ ਪੜ੍ਹਾਈਏ ਇਹ ਜ਼ਿਆਦਾ ਪਾੜੂ ਬਣਦੀ ਹੁਣ ਚੱਲ ਪੁੱਤ ਪਾਣੀ ਦੇਵਾਂ ਤੈਨੂੰ ਮੈਂ ਤੂੰ ਵੀ ਤਾਂ ਹੱਦ ਹੀ ਕਰਦੀ ਆ ਹੁਣ ਕੀ ਕੀਤਾ ਸੀਗਾ ਮੈਂ ਮੰਮੀ ਨੂੰ ਕੁੱਟ ਪਵਾਈ ਸਕੂਲੋਂ ਰੋਜ਼ ਮੇਰੇ ਗਾੜੀ ਕਾਪੀਆਂ ਸੁੱਟ ਦਿੰਦਾ ਕਦੀ ਕਹਿੰਦਾ ਆਹ ਕੰਮ ਕਰਦੇ ਕਦੀ ਕਹਿੰਦਾ ਰੋਜ਼ ਦਿਹਾੜੀ ਮੈਂ ਨੌਕਰ ਲੱਗੀ ਉਹਦੀ ਮੈਂ ਜਾਣ ਬੁੱਝ ਕੇ ਕੰਮ ਉਹਦਾ ਗਲਤ ਕੀਤਾ ਹੈ ਹਾਏ ਤੂੰ ਗਲਤ ਨਹੀਂ ਨਾ ਕਰਨਾ ਉੱਦਾਂ ਉਹਨੂੰ ਕਹਿਣਾ ਸੀਗਾ ਕਿ ਆਪਣਾ ਕੰਮ ਆਪ ਕਰ ਲਿਆ ਕਰ ਮੈਂ ਕਿਹਾ ਸੀ ਉਹ ਨਹੀਂ ਮੇਰੀ ਮੰਨਦਾ ਸੀ ਮੈਂ ਤਾਂ ਉਹਨੂੰ ਕਿਹਾ ਸੀ ਆਪ ਕਰ ਤੁਸੀਂ ਵੀ ਕਿਹਾ ਸੀ ਤੁਹਾਡੇ ਆਖੇ ਕਿਹੜਾ ਲੱਗਦਾ ਸੀ ਮੇਰੇ ਤਾਂ ਆਖੇ ਲੱਗਦਾ ਹੀ ਨਹੀਂ ਹੈ ਅਤੇ ਕਰਨਾ ਕੀ ਹੈ ਦਾਦੀ ਨਹੀਂ ਆਖੇ ਲੱਗਣ ਦਿੰਦੀ ਮੰਮੀ ਉਹਨੇ ਪਹਿਲਾਂ ਮੇਰੀ ਗੁੱਤ ਫੜੀ ਮੈਂ ਵੀ ਉਹਦਾ ਜੂੜਾ ਫੜ ਲਿਆ ਮੈਂ ਚੰਗੀਆਂ ਛੱਡੀਆਂ ਫਿਰ
ਚੱਲ ਇਦਾਂ ਹੀ ਕਰਨਾ ਚਾਹੀਦਾ ਸੀ ਓਦਾਂ ਤੇ ਆਖੇ ਨਹੀਂ ਲੱਗਦਾ ਉਹ ਆਖੇ ਤੇ ਬਿਲਕੁਲ ਨਹੀਂ ਲੱਗਦਾ ਮਾਵਾਂ ਧੀਆਂ ਦੀ ਚਾਲ ਵਾ ਦੋਵਾਂ ਦੀਆਂ ਮੁੰਡਾ ਕੁੱਟਿਆ ਵਾ ਏਦਾਂ ਮੇਰੇ ਜੀ ਕਦੇ ਇਹਨੂੰ ਤਪਲਾਵਾਂ ਇਹਨੂੰ ਹੱਦ ਹੋ ਗਏ ਮੰਮੀ ਡੈਡੇ ਵਾਲੀ ਗਲਤੀਆਂ ਉਹ ਕਰੇ ਤੇ ਛਿੱਤਰ ਉਹਨੂੰ ਫੇਰ ਦੇ ਕੁੜੀ ਨੂੰ ਤੁਸੀਂ ਉਹ ਕੁੜੀ ਦੇ ਵਾਲੇ ਤੇ ਐਵੇਂ ਮੋੜਨ ਨੇ ਆ ਤੁਸੀਂ ਆਪੇ ਕਹਿੰਦੇ ਮੈਂ ਡਾਕਟਰ ਬਣਾਉਣਾ ਵਾ ਜਦੋਂ ਉਹਨੇ ਪੜ੍ਹਨਾ ਹੀ ਨਹੀਂ ਆ ਤੇ ਡਾਕਟਰ ਕਿੱਦਾਂ ਬਣ ਜੂਗਾ ਚੱਲ ਨਹੀਂ ਜ਼ਿਆਦਾ ਬੋਲਣਾ ਲੱਗੀ ਆ ਬੋਲਣ ਮਿਹਨਤ ਕਰਨੀ ਨਹੀਂ ਆ ਫਲ ਵੱਡੇ ਵੱਡੇ ਪੜ੍ਹਦੇ ਆ ਮੇਰੇ ਪੁੱਤ ਹਾਂਜੀ ਚੰਗੀ ਤਰ੍ਹਾਂ ਪੜ੍ਹ ਲਓ ਵਧੀਆ ਨੰਬਰ ਲੈ ਕੇ ਪਾਸ ਹੋ ਜਿਓ ਮੈਂ ਤੇ ਇਸ ਵਾਰ ਫਸਟ ਹੋਣਾ ਮੰਮਾ ਮੈਂ ਵੀ ਫਸਟ ਹੀ ਹੋਣਾ ਵਾ ਚੱਲ ਚੰਗਾ ਹੀ ਆ ਕੇ ਪੜੋਗੇ ਤੇ ਫਸਟ ਆ ਜਾਣਾ ਫਸਟ ਆਉਣਾ ਕਿਹੜਾ ਔਖਾ ਵਾ ਮੈਨੂੰ ਤਾਂ ਪਤਾ ਜਿਹੜਾ ਤੂੰ ਫਸਟ ਆਉਣਾ ਵਾ ਪਿੱਛੇ ਆਉਣਾ ਨਾ ਕੋਣ ਆ ਫਸਟ ਤਾਂ ਮੈਂ ਅੱਗੇ ਆਵਾਂ ਜੇ ਪਿੱਛੇ ਆਵਾਂ ਤੇ ਨਾ ਵਾਧੀ ਨੰਬਰ ਫੜੂੰਗਾ ਲੱਗ ਜੂ ਪਤਾ ਮੈਨੂੰ ਜਿੰਨਾ ਪੜਦਾ ਲੜੋ ਨਾ ਉਹਨੂੰ ਨਾ ਸਮਝਾ ਜਿਹੜਾ ਕੁਛ ਨਹੀਂ ਨਾ ਆਉਂਦਾ ਜੁਗਰਾਜ ਨਹੀਂ ਆਉਂਦਾ ਤੇ ਦੀਦੀ ਕੋ ਪੁੱਛਣਾ ਹੀ ਆ ਠੀਕ ਠੀਕ ਆ ਚਲ ਮੈਂ ਕੰਮ ਕਰ ਲਾਂ ਹੁਣ ਨਹੀਂ ਲੈਣ ਦੀ ਆਵਾਜ਼ ਆਉਣੀ ਚਾਹੀਦੀ ਠੀਕ ਐਵੇਂ ਆਖੀ ਜਾਂਦੀਆਂ ਮੁੰਡਾ ਪੜ੍ਹਦਾ ਨਹੀਂ ਮਾਵਾਂ ਧੀਆਂ ਤੇ ਐਵੇਂ ਗੱਲਾਂ ਕਰੀ ਜਾਂਦੀਆਂ ਇਹ ਪੁੱਤ ਮੇਰਾ ਕਿੰਨਾ ਪੜ੍ਹਦਾ ਸ਼ਾਬਾਸ਼ ਪੁੱਤ ਇੱਦਾਂ ਪੜ੍ਹਦਾ ਹੈ ਚੰਗਾ ਆਲੋ ਮੰਮੀ ਜੀ ਚਾਹ ਪੀਓ ਜੁਰਾਜ ਤੂੰ ਚਾਹ ਪੀਣੀ ਕਿ ਰੱਖਦਾ ਇੱਥੇ ਜੁਰਾਜ ਬੜਾ ਪੜ੍ਹਾਈ 'ਚ ਮਗਨ ਹੋਇਆ ਅੱਜ ਹੱਦ ਹੋ ਗਈ ਆ ਵੇਖ ਲਓ ਮੰਮੀ ਜੀ ਮੰਮੀ ਜੀ ਕਿਉਂ ਅੱਖਾਂ ਤੇ ਪੱਟੀ ਬੰਨੀ ਆ ਤੁਹਾਡੇ ਸਾਹਮਣੇ ਸਬੂਤ ਆ ਤੁਸੀਂ ਤਾਂ ਵੀ ਨਹੀਂ ਮੰਨਦੇ ਪਏ ਜਾਣੀ ਤੈਨੂੰ ਕਿਸੇ ਨੇ ਬੋਲਣ ਨੂੰ ਨਹੀਂ ਆਖਿਆ ਜਾ ਕੇ ਆਪਣਾ ਕੰਮ ਕਰ ਮੁੰਡੇ ਨੂੰ ਪੜ੍ਹਨ ਦੇ ਚੌਵੀ ਘੰਟੇ ਬੜ ਕਰਦੀਆਂ ਰਹਿੰਦੀਆਂ ਕਦੇ ਪੜ੍ਹ ਲੈਣ ਦਿਆ ਕਰੋ ਮੁੰਡੇ ਨੂੰ ਮੁੰਡਾ ਏਡਾ ਨਹੀਂ ਮੈਨੂੰ ਪੂਰਾ ਭਰੋਸਾ ਵਾ ਮੈਂ ਆਪਣੇ ਪੋਤੇ ਤੇ ਇਹ ਪੜੂਗਾ ਮੰਮੀ ਦਿਖ ਨਹੀਂ ਡਿਆ ਵਾ ਇਹਨੇ ਕੀ ਕਰਨਾ ਵਾ ਤੁਹਾਡੇ ਅੱਗੇ ਤੇ ਉਹੀ ਗੱਲ ਵਾ ਮੱਝ ਅੱਗੇ ਬੀਨ ਵਜਾ ਲਓ ਜਾਂ ਤੁਹਾਨੂੰ ਸਮਝਾ ਲਓ ਤੁਹਾਨੂੰ ਨਹੀਂ ਇਹਦੇ ਪਿਆਰ ਅੱਗੇ ਕੁਛ ਵੀ ਦੇਖਦਾ ਸਾਰਾ ਰਾਤ ਹੀ ਢਾਡਾ ਇਹਨੂੰ ਵਿਗਾੜਦਾ ਜਾ ਕੰਮ ਕਰ ਜਾ ਕੇ ਉਹਨੂੰ ਪੜ੍ਹਨ ਦੇ ਐਵੇਂ ਉਹਦੇ ਨਾਲ ਅੱਡਾ ਲਾ ਕੇ ਬਹਿ ਗਈ ਆ ਕੋਈ ਫਾਇਦਾ ਨਹੀਂ ਤੁਹਾਨੂੰ ਕੁਛ ਵੀ ਕਹਿਣ ਦਾ ਜਦੋਂ ਆਉਂਦੀਆਂ ਵਾ ਉਸੇ ਵੇਲੇ ਦੁਆਲੇ ਹੋ ਜਾਂਦੀਆਂ ਨਿੱਕੀ ਜਿਹੀ ਜਾਨ ਵਾ ਮੁੰਡੇ ਦੀ ਪਿੱਛੇ ਹੀ ਪਈਆਂ ਹੱਥ ਧੋ ਕੇ